16 सितंबर 1973 ਦੇ ਦਿਨ ਚਿਲੇ ਦੀ ਰਾਜਧਾਨੀ ਸੰਤੀਆਗੋ ਦੇ ਇੱਕ ਬਾਕਸਿੰਗ ਸਟੇਡੀਅਮ ਵਿੱਚ 5000 ਲੋਕ ਸਿਆਸੀ ਕਾਰਨਾਂ ਕਰਕੇ ਕੈਦ ਕੀਤੇ ਹੋਏ ਸਨ ਤੇ ਇਹਨਾਂ ਵਿੱਚੋਂ ਇੱਕ ਸੀ ਚਿਲੇ ਦਾ ਮਸ਼ਹੂਰ ਲੋਕ ਗਾਇਕ ਵਿਕਟਰ ਜਾਰਾ। ਸਵਾਲ ਉੱਠਦਾ ਹੈ ਕਿ ਵਿਕਟਰ ਜਾਰਾ ਕੌਣ ਸੀ, ਉਸ ਦੀ ਸ਼ਹਾਦਤ ਦੇ ਸਾਡੇ ਲਈ ਕੀ ਅਰਥ ਹਨ। ਆਓ ਜਾਣੀਏ ਚਿਲੇ ਦੇ ਉਸ ਮਹਾਨ ਕਲਾਕਾਰ ਬਾਰੇ। ਚਿਲੇ ਲਤੀਨੀ ਅਮਰੀਕਾ ਦਾ ਸਭ ਤੋਂ ਲੰਮੇ ਸਮੁੰਦਰੀ ਤੱਟ ਵਾਲਾ ਬੇਹੱਦ ਮਹੱਤਵਪੂਰਨ ਦੇਸ਼ ਹੈ। ਬੇਥਾ ਕੁਦਰਤੀ ਸਰੋਤਾਂ ਦੇ ਭੰਡਾਰ ਵਾਲੇ ਇਸ ਦੇਸ਼ ਨੂੰ ਤਾਂਬਾ ਸਮਰਾਟ ਕਿਹਾ ਜਾਂਦਾ ਹੈ। ਲੰਮੇ ਸਮੇਂ ਤੋਂ ਇੱਥੇ ਵੱਡਾ ਅਮਰੀਕੀ ਵਿਦੇਸ਼ੀ ਨਿਵੇਸ਼ ਰਿਹਾ। ਤਾਂਬਾ ਖਾਣਾ ਉੱਤੇ ਅਮਰੀਕੀ ਕੰਪਨੀਆਂ ਦਾ ਕਬਜ਼ਾ ਰਿਹਾ। 1964 ਵਿੱਚ ਚਿਲੇ 'ਚ ਇਦੁਆਰਦੋ ਫਰੇਈ ਦੀ ਅਗਵਾਈ ਵਾਲੀ ਕ੍ਰਿਸਚੀਅਨ ਡੈਮੋਕ੍ਰੇਟਿਕ ਪਾਰਟੀ ਦੀ ਸਰਕਾਰ ਸੀ, ਜੋ ਅਮਰੀਕੀ ਸਾਮਰਾਜ ਦੀ ਕਠਪੁਤਲੀ ਸਰਕਾਰ ਸੀ। ਚਿਲੇ ਦੇ ਲੋਕ ਇਸ ਲੋਕ ਵਿਰੋਧੀ ਤਾਨਾਸ਼ਾਹ ਸਰਕਾਰ ਤੋਂ ਅੱਕੇ ਹੋਏ ਸਨ। 1970 ਵਿੱਚ ਲਤੀਨੀ ਅਮਰੀਕਾ ਦੇ ਬਹੁਤ ਸਾਰੇ ਮੁਲਕਾਂ ਵਿੱਚ ਸਮਾਜਵਾਦੀ ਵਿਚਾਰਾਂ ਦਾ ਪ੍ਰਭਾਵ ਰਿਹਾ। ਚਿਲੇ ਦੀਆਂ 1973 ਦੀਆਂ ਚੋਣਾਂ ਵਿੱਚ ਸਮਾਜਵਾਦੀ ਵਿਚਾਰਾਂ ਦੇ ਧਾਰਨੀ ਸਲਵਾਦੋਰ ਅਜੈਂਦੇ ਦਾ ਝੋਖਾ ਪ੍ਰਭਾਵ ਸੀ। ਸੰਸਾਰ ਪ੍ਰਸਿੱਧ ਲੋਕ ਕਵੀ ਪਾਬਲੋ ਨਰੂਦਾ ਸਲਵਾਦੋਰ ਅਜੈਂਦੇ ਦਾ ਦੋਸਤ ਅਤੇ ਸਮਰਥਕ ਸੀ। ਜਦੋਂ ਸੰਸਾਰ ਭਰ ਵਿੱਚ ਪੱਛਮੀ ਪ੍ਰਭਾਵ ਵਾਲਾ ਰੌਕ ਮਿਊਜ਼ਿਕ ਅਤੇ ਅਮਰੀਕੀ ਸਾਮਰਾਜੀ ਜੈਂਕੀ ਕਲਚਰ ਨਵੀਂ ਪੀੜ੍ਹੀ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ, ਤਦ ਲਤੀਨੀ ਅਮਰੀਕਾ ਵਿੱਚ ਰੈਡੀਕਲ ਸੰਗੀਤ ਅਤੇ ਰੰਗਮੰਚ ਨੂੰ ਪ੍ਰਫੁੱਲਿਤ ਕਰਨ ਦਾ ਸਿਹਰਾ ਵਿਕਟਰ ਜਾਰਾ ਸਿਰ ਵੱਜਦਾ ਹੈ। ਵਿਕਟਰ ਜਾਰਾ ਦੇ ਨਾਟਕ ਅਤੇ ਸੰਗੀਤ ਮੰਡਲੀ ਚਿਲੀ ਦੇ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਏ ਸਨ। ਬੱਚੇ ਬੱਚੇ ਦੀ ਜ਼ੁਬਾਨ 'ਤੇ ਉਸਦੇ ਗੀਤ ਸਨ। ਉਹ ਲਤੀਨੀ ਕਿਰਤੀ ਲੋਕਾਂ ਦੀ ਹੇਕ ਸੀ। ਵਿਕਟਰ ਜਾਰਾ ਨੇ ਸਲਵਾਦੋਰ ਅਜੈਂਦੇ ਦੀ ਚੋਣ ਮੁਹਿੰਮ ਵਿੱਚ ਹਿੱਸਾ ਲਿਆ। ਆਪਣੇ ਗੀਤਾਂ ਅਤੇ ਨਾਟਕਾਂ ਰਾਹੀਂ ਚਿਲੇ ਦੀ ਫਾਸ਼ੀਵਾਦ ਹਕੂਮਤ ਖਿਲਾਫ ਲੋਕ ਸੱਭਿਆਚਾਰਕ ਲਹਿਰ ਲਾਮਬੰਦ ਕੀਤੀ। ਉਸਦੇ ਗੀਤਾਂ ਨੇ ਪੂਰੇ ਲਤੀਨੀ ਅਮਰੀਕਾ ਦੇ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵਿਕਟਰ ਜਾਰਾ ਚਿਲੀ ਦੇ ਲੋਕਾਂ ਦੀ ਲੋਕ ਤਾਕਤ ਦੀ ਆਵਾਜ਼ ਸੀ। ਵਿਕਟਰ ਦਾ ਇੱਕ ਗੀਤ 100 ਮਸ਼ੀਨ ਗੰਨਾਂ ਤੋਂ ਵੱਧ ਖਤਰਨਾਕ ਸੀ। ਅਜੈਂਦੇ ਨੇ ਕਿਹਾ ਸੀ, ਗੀਤਾਂ ਬਿਨਾਂ ਕੋਈ ਇਨਕਲਾਬ ਸੰਭਵ ਨਹੀਂ। ਲੋਕ ਅਜੈਂਦੇ ਦੀ ਜਿੱਤ ਦੀ ਖੁਸ਼ੀ ਵਿੱਚ ਵਿਕਟਰ ਦੇ ਗੀਤਾਂ ਦੀ ਤਾਲ 'ਤੇ ਨੱਚੇ। ਵਿਕਟਰ ਦਾ ਕਹਿਣਾ ਸੀ, ਸਾਡੇ ਗੀਤ ਸਾਡੀਆਂ ਜ਼ਰੂਰਤਾਂ ਵਿੱਚੋਂ ਨਿਕਲੇ ਹਨ। ਅਜੈਂਦੇ ਦੀ ਜਿੱਤ ਵਿੱਚ ਵਿਕਟਰ ਦੇ ਗੀਤਾਂ ਦਾ ਬਹੁਤ ਵੱਡਾ ਰੋਲ ਸੀ। ਸਲਵਾਦੋਰ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੇ ਹਾਮੀ ਸਨ। ਉਹਨਾਂ ਤੋਂ ਚਿਲੇ ਵਿੱਚ ਗਰੀਬੀ, ਮਹਿੰਗਾਈ ਅਤੇ ਗੈਰ ਬਰਾਬਰਤਾ ਖਤਮ ਕਰਨ ਦੀਆਂ ਆਸਾਂ ਸਨ। ਪਰ ਅਮਰੀਕਾ ਨੇ ਉਸਦਾ ਵਿਰੋਧ ਇੱਕ ਹੋਰ ਕਿਊਬਾ ਆ ਕੇ ਕੀਤਾ। ਅਮਰੀਕਾ ਦੀ ਨੈਕਸਨ ਸਰਕਾਰ ਅਤੇ ਚਿਲੇ ਦੇ ਹਾਕਮਾਂ ਨੂੰ ਇਹ ਮਨਜ਼ੂਰ ਨਹੀਂ ਸੀ। ਉਹਨਾਂ ਨੇ ਰਾਈਟ ਵਿੰਗ ਨੂੰ ਅੱਗੇ ਲਾ ਕੇ ਇੱਕ ਵਿਸ਼ੇਸ਼ ਪੈਰਾਮਿਲਟਰੀ ਫੋਰਸ ਬਣਾ ਕੇ ਚਿਲੇ 'ਚ ਸਮਾਜਿਕ ਅਰਾਜਕਤਾ ਫੈਲਾਉਣੀ ਸ਼ੁਰੂ ਕੀਤੀ। 1973 ਵਿੱਚ ਅਮਰੀਕੀ ਸਰਕਾਰ, ਉਸਦੀ CIA ਅਤੇ ਚਿਲੇ ਦੇ ਅਮਰੀਕਾ ਦੇ ਹੱਥ ਠੋਕਾ ਤਾਨਾਸ਼ਾਹ ਫੌਜੀ ਜਨਰਲ ਅਗਸਤੋ ਪਿਨੋਸ਼ੇ ਦੀ ਸ਼ਹਿ ਅਤੇ ਸਮਾਜਵਾਦੀ ਅਜੈਂਦੇ ਸਰਕਾਰ ਦਾ ਤਖ਼ਤਾ ਪਲਟ ਕਰ ਦਿੱਤਾ। ਚਿਲੇ 'ਚ ਭਿਆਨਕ ਕਤਲੇਆਮ ਕੀਤਾ ਗਿਆ। ਇਸ ਤਖ਼ਤਾ ਪਲਟ ਦੌਰਾਨ ਹਜ਼ਾਰਾਂ ਨਿਰਦੋਸ਼ ਲੋਕ ਮਾਰ ਦਿੱਤੇ ਗਏ, ਹਜ਼ਾਰਾਂ ਬੰਦੀ ਬਣਾ ਲਏ ਗਏ, ਚਿਲੇ ਦੇ ਲੋਕਾਂ ਦੀ ਸੰਪਤੀ ਤਬਾਹ ਕਰ ਦਿੱਤੀ ਗਈ। ਇਹ ਲੋਕਾਂ ਦੇ ਉੱਤੇ ਘੋਰ ਤਸ਼ੱਦਦ ਸੀ। ਇਸ ਨੂੰ ਮੌਤ ਦਾ ਵੀ ਤਸ਼ੱਦਦ ਕਿਹਾ ਜਾਂਦਾ ਹੈ। 11 ਸਤੰਬਰ
1973 का वह दिन चिले के लोगों की जिंदगी का अहम दिन सी। राष्ट्रपति की रिहायश बंबा नाल तबाह कर दिती गई। अजेंदे ने चिले के मजदूर किसानों रेडियो राही संबोधित किया। उन्हें कहा, मैं रिजाइन नहीं करांगा, आई विल रीपे विद माई लाइफ। लोगों की वफादारी यही साडा विरसा है ते लोग इतिहास लिखणगे। लोंग लिव चिले, लोंग लिव द पीपल, लोंग लिव द वर्कर्स, ये सन एजेंडे दे आखिरी बोल। इस तरह संतियागो दे खेड मैदान विच 5000 बंदियां समेत विक्टर जारा भी तानाशाह फौज की कैद विच सी। ये खेड मैदान चिले विच बनाए गए 60 तसीहा केंद्रां विचों एक सी। विक्टर बंदी साथियों नूं अवामी एकता दे गीत सुनाउंदा कैंप कमांडर ने विक्टर नूं धू के खेड मैदान दे सेंटर विच खड़ा कर दिता। संगीना दी नोक ते उस नूं गाउण लई कहा गया। ज्यों ही विक्टर ने गाउणा शुरू कीता, अचानक उस नूं धू के एक मेज कोल लिआंदा गया। उसके हत्थां नूं मेज उत्ते रख के बंदूक के बट्टां नाल चिथ दिता गया। खून नाल लथपथ विक्टर धरती उत्ते डिग पिया। कमांडर गाली गलोच करता रहा, विक्टर नूं उठ के गाउण की धमकी दिंदा रहा। विक्टर कमांडर के चैलेंज नूं स्वीकार करता है। खून नाल लथपथ विक्टर जख्मी हालत विच थिरक दे बोलां नाल गाउणा शुरू करता है। इनाम वजों 44 गोलियां उसकी हैक उत्ते दाग दित्तियां जांदियां हन। इस कतलेआम दौरान विक्टर दा दर्दनाक तरीके नाल कतल कीता गया। वो न्याय खिलाफ लड़िया ते इसलिए उसने भारी कीमत अदा की। एक देश दे इतिहास नूं मिटाउण वाले सलवादोर एजेंडे, पाब्लो नेरुदा, विक्टर जारा समेत हजारां निर्दोश लोगों के कातल बेखौफ ते आजाद घूमते रहे, सत्ता का निघ मानते रहे, पर हुण चीले के नौजवान किरती चुप बैठण वाले नहीं सन। उन्होंने विक्टर के कातलों को सजावं दवाउण लई जॉन जारा का साथ दिता। 2004 विच चीले स्टेडियम का नाम बदल के विक्टर जारा के नाम से रख्या गया। 2018 विच फ्लोरिडा सैशन कोर्ट ने विक्टर जारा के कतल के दोषी 8 फौजी अफसरों विचों 7 नूं 18 साल 15 साल कतल केस ते 3 साल अगवा केस दी कैद की सज़ा सुनाई। पर देरी नाल दित्ता न्या न्या नहीं हुंदा। विक्टर जारा की विरासत अज भी जिंदा है। उस दे बोल अज भी चीले दियां हवावां विच गूंजदे हन। उस दे बोल अज भी चीले दे नौजवानां किरतियां दे दिलां दी धड़कन हन। विक्टर जारा अमर रहे।